ਸਤਿ ਸ਼੍ਰੀ ਅਕਾਲ ਜੀ ਮੈਮ ਕਹਿੰਦੇ ਭਾਜੀ ਤੁਸੀਂ ਤਾਂ ਨਾ ਮੇਰਾ ਫੰਕਸ਼ਨ ਟਪਾ ਦੇਣਾ ਮੈਂ ਕਹਾਂ ਮੈਮ ਤੁਸੀਂ ਸੂਟ ਆਰਡਰ ਕੀਤਾ ਨਹੀਂ ਕਹਿੰਦੇ ਭਾਜੀ ਸੂਟ ਕੀ ਆਰਡਰ ਕਰੀਏ ਜਦੋਂ ਕੋਈ ਸੂਟ ਦਾ ਮਨ ਬੰਦ ਹੈ ਥੋੜੀ ਨਵੀਂ ਵੀਡੀਓ ਆ ਜਾਂਦੀ ਹੈ ਅਸੀਂ ਉਸ ਚੁਲ ਜਾਨੇ ਰੋਜ਼ ਸਵੇਰੇ ਮੈਂ ਸੂਟ ਦਾ ਫਾਈਨਲ ਕਰਕੇ ਸੋਨੀ ਹੈ ਕਿ ਵੀ ਅੱਜ ਭਾਜੀ ਨੂੰ ਇਹ ਆਰਡਰ ਕਰ ਹੀ ਦੇਣਾ ਤੇ ਸਵੇਰੇ ਉੱਠ ਕੇ ਥੋੜੀ ਨਵੀਂ ਵੀਡੀਓ ਆਂਦੀ ਹੈ ਤਾਂ ਮਨ ਉਸ ਤੇ ਆ ਜਾਂਦਾ ਕਹਿੰਦੇ ਇਹਨੇ ਨੂੰ ਤਾਂ ਸਾਡਾ ਫੰਕਸ਼ਨ ਟੱਪ ਜਾਊਗਾ 2 ਮਹੀਨੇ ਬਾਅਦ ਫੰਕਸ਼ਨ ਹੈ ਤੇ ਮੈਨੂੰ ਮਹੀਨਾ ਦੇਖਦੀ ਨੂੰ ਹੋ ਗਿਆ ਮਹੀਨਾ ਰਹਿ ਗਿਆ ਮੈਂ ਕਹਾਂ ਮੈਮ ਕੋਈ ਨਹੀਂ ਤੁਸੀਂ ਅੱਜ ਡਿਜ਼ਾਈ ਆਪਾਂ ਤੁਹਾਡਾ ਡਿਜ਼ਾਈਨ ਬਣਾ ਦਾਂਗੇ ਸੋ ਉਹਨਾਂ ਲਈ ਆਪਾਂ ਇਹ ਸ਼ਰਾਰ ਸੂਟ ਰੈਡੀ ਕੀਤਾ ਹੈ ਰਿਸੈਪਸ਼ਨ ਪਾਰਟੀ ਤੇ ਪਾਣਾ ਸੀਗਾ ਉਹਨਾਂ ਦੇ ਚਾਚੇ ਦੇ ਮੁੰਡੇ ਦਾ ਵਿਆਹ ਸੀਗਾ ਸ਼ਿਮਰ ਫੈਬਰਿਕ ਉੱਪਰ ਵਾਈਨ ਕਲਰ ਚ ਬਹੁਤ ਹੀ ਬਿਊਟੀਫੁੱਲ ਸਾਰਾ ਹੱਥ ਦੀ ਕਢਾਈ ਨਾਲ ਸੂਟ ਰੈਡੀ ਕੀਤਾ ਹੈ ਦੁਪੱਟਾ ਵੀ ਸ਼ਿਮਰ ਦਾ ਆਏਗਾ ਕਮੀਜ਼ ਦੇ ਫਰੰਟ ਤੇ ਆਪਾਂ ਹੈਵੀ ਵਰਕ ਕੀਤਾ ਹੋਇਆ ਪਲੱਸ ਹੈਂਗਿੰਗ ਲੈਸ ਲੱਗੀ ਹੋਈ ਹੈ ਸ਼ਰਾਰੇ ਤੇ ਵੀ ਆਪਾਂ ਬਾਰਡਰ ਵਰਕ ਕੀਤਾ ਹੋਇਆ ਵਿੱਚ ਆਪਾਂ ਬੂਟੀਆਂ ਪਾਈਆਂ ਹੋਈਆਂ ਤੇ ਇੱਕ ਇੱਕ ਮੋਤੀ ਰੱਖ ਕੇ ਆਪਾਂ ਉਹਨੂੰ ਛਿੱਟਾ ਦਿੱਤਾ ਹੋਇਆ ਸੋ ਸ਼ਰਾਰੇ ਤੇ ਵੀ ਹੈਵੀ ਬਾਰਡਰ ਆਏਗਾ ਕਲਰ ਆਪਾਂ ਕੋਈ ਵੀ ਕਸਟਮ ਤੇ ਕਿਸੇ ਵੀ ਫੰਕਸ਼ਨ ਤੇ ਤੁਸੀਂ ਜਾਗੋ ਤੇ ਰਿਸੈਪਸ਼ਨ ਤੇ ਪਾਰਟੀ ਤੇ ਕਿਤੇ ਵੀ ਵੇਅਰ ਕਰ ਸਕਦੇ ਹੋ ਬਹੁਤ ਬਿਊਟੀਫੁਲ ਡਿਜ਼ਾਈਨ ਹੈ ਦੁਪट्टे ਤੇ ਵੀ ਆਪਾਂ 4 ਸਾਈਡ ਹੈਵੀ ਬਾਰਡਰ ਵਰਕ ਕੀਤਾ ਹੋਇਆ ਤੇ ਪਲੱਸ ਆਪਾਂ ਹੈਂਗਿੰਗ ਲੈਸ ਲਗਾਈ ਹੋਈ ਹੈ ਵਿੱਚ ਆਪਾਂ ਛੋਟੀ ਛੋਟੀ ਬੂਟੀਆਂ ਪਾਈਆਂ ਹੋਈਆਂ ਸੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ ਆਪਣਾ ਇਹ ਡਿਜ਼ਾਈਨ ਥੈਂਕ ਯੂ ਸੋ ਮੱਚ